ਜਿਹੜੇ ਮੁੱਦਿਆਂ ਤੇ ਇਸ ਵਾਰ ਸਰਪੰਚ ਚੁਣਿਆ ਜਾਣਾ ਤੇ ਕੱਲ ਜਿਹੜੀ ਬੋਲੀ ਹੋਈ ਸੀ ਉਹਦੇ ਵਿੱਚ ਕਿਸ ਗੱਲੋਂ ਰੌਲਾ ਪੈ ਗਿਆ ਵੀ ਗੱਲਬਾਤ ਕਰਾਂਗੇ ਮੈਂ ਪਹਿਲਾਂ ਆਪਾਂ ਪਿੰਡ ਦੇ ਮੁੱਦਿਆਂ ਦੀ ਗੱਲ ਕਰਦੇ ਆ ਬਜ਼ੁਰਗੋ ਕਿਹੜੇ ਵੱਡੇ ਮੁੱਦੇ ਨੇ ਕਿਹੜੇ ਕੰਮ ਨੇ ਪਿੰਡ ਦੇ ਜਿਹੜੇ ਹੋਣੇ ਚਾਹੀਦੇ ਨੇ ਚੰਗੇ ਕੰਮ ਨੇ ਜਿਹੜੇ ਹੋ ਜਾਣ ਪੰਚਾਇਤ ਕੰਮ ਕਰੇ ਪੰਚਾਇਤ ਦਾ ਪੱਡਾ ਦਾ ਇੱਕਾ ਹੋਣਾ ਚਾਹੀਦਾ ਹੂੰ ਤੇ ਸਾਰੂ ਸਭਤੀ ਹੋਣੀ ਚਾਹੀਦੀ ਆ ਹੂੰ ਕਿ ਪਿੰਡ ਦੀ ਪਾਰਟੀ ਬਾਜ਼ ਮਾਨ ਨਹੀਂ ਸੋਚੀ ਕਿਉਂਕਿ ਸਰਕਾਰ ਵੀ ਕਹਿੰਦੀ ਕਿ ਸਰਬਸੰਮਤੀ ਹੋਵੇ ਤਾਂ ਅਸੀਂ ਵੀ ਗਰਾਂਟਾ ਦੇਵਾਂਗੇ ਅਸੀਂ ਵੀ ਪੈਸੇ ਦੇਵਾਂਗੇ ਲੋਕਾਂ ਨੂੰ ਫਾਇਦਾ ਸਰਬਸੰਮਤੀ ਦਾ ਕਿੰਨਾ ਬਹੁਤ ਫਾਇਦਾ ਹੂੰ ਸਾਰੇ ਪਿੰਡ ਦੇ ਕੰਮ ਵੀ ਹੋਣ ਇੱਕ ਪਿੰਡ ਰਲ ਕੇ ਕਰੂ ਹੂੰ ਕੱਲ ਕੀ ਪੀਚ ਫਸਿਆ ਰਿਹਾ ਗਿਆ ਕੱਲ ਜਦੋਂ ਕਹਿ ਰਹੇ ਸੀ ਸਰਬਸੰਮਤੀ ਦਾ ਸਰਪੰਚ ਬਣਾ ਦਿਓ ਪਿੰਡ ਦੀ ਡਿਵੈਲਪਮੈਂਟ ਦੇ ਪੈਸੇ ਲਾਵਾਂਗੇ ਕੱਲ ਕੀ ਰਹਿ ਗਿਆ ਉਹਦੇ ਕੋਲੇ ਕੀ ਲੱਗਦਾ ਸਰਬਸੰਮਤੀ ਕਿੰਨੀ ਜ਼ਰੂਰੀ ਹੈ ਪਿੰਡ ਦੀਆਂ ਪੰਚਾਇਤਾਂ ਦੇ ਵਿੱਚ ਕਿ ਇੱਕ ਦੂਜੇ ਨਾਲ ਵੈਰ ਵਿਰੋਧ ਵੀ ਨਾ ਹੋਣ ਭਾਈਚਾਰਾ ਵੀ ਕਾਇਮ ਰਹੇ ਤੇ ਪੈਸਾ ਵੀ ਨਾ ਲੱਗੇ ਉਹਨਾਂ ਵੋਟਾਂ ਤੇ ਹਾਂ ਠੀਕ ਹੈ ਸਹਿਮਤੀ ਠੀਕ ਹੈ ਹੂੰ ਹੋਣੀ ਚਾਹੀਦੀ ਹੈ ਹੂੰ ਤੇ ਕੱਲ ਦੇ ਪ੍ਰੋਗਰਾਮ ਦਾ ਪਤਾ ਲੱਗਿਆ ਬਈ ਕੱਲ ਕੀ 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 ਪੇਚ ਰਿਆ ਗਿਆ ਰਹਿ ਕੀ ਗਿਆ ਉੱਥੇ ਨਹੀਂ ਨਹੀਂ ਉੱਥੇ ਕੋਈ ਨਹੀਂ ਗਿਆ ਥੇ ਅੱਛਾ ਕੀ ਲੱਗਦਾ ਜਿਵੇਂ ਕੱਲ ਹੋ ਗਿਆ ਸੀ ਪ੍ਰੋਗਰਾਮ ਹੋ ਰਿਹਾ ਸੀ ਪਿੰਡ ਚਾਹੇ ਹੋਣੇ ਚਾਹੀਦੇ ਨੇ ਪਿੰਡ ਦਾ ਫਾਇਦਾ ਹੁੰਦਾ ਹੈ ਉਹ 50 60 ਲੱਖ ਰੁਪਏ ਦੀ ਗੱਲ ਕਰਦੇ ਕਿ ਪਿੰਡ ਸਾਂਝੀ ਜਗ੍ਹਾ ਤੇ ਲਾਵਾਂਗੇ ਲਗਦਾ ਹੋਣਾ ਚਾਹੀਦਾ ਇਸ ਤਰ੍ਹਾਂ ਕੋਈ ਐਸ਼ਲਡ ਨਹੀਂ ਹੁੰਦਾ ਜੇ ਬੰਦਾ ਮੁੱਲ ਹੀ ਲੈ ਲਿਆ ਤੇ ਉਹ ਕਿਉਂ ਕਰੂਗਾ ਉਹਦਾ ਆਖੂ ਮੇਰੇ ਨਾਲ ਗੱਡੀ 5000 ਦਾ ਗੱਡੀ ਲੈ ਤੇ 20000 ਬਣ ਜਾਂਦੀ ਛਾਣਦੇ ਨੂੰ ਕਿਵੇਂ ਜਾਊਗਾ ਨਾਲ ਉਹ ਇਹਦਾ ਬਹੁਤ ਸਮਝ ਨਹੀਂ ਆ ਹੋ ਜੇ ਉਹ ਵਧ ਗਿਆ ਕਈ ਲੋਕ ਇਹ ਵੀ ਸੋਚਦੇ ਆ ਫਿਰ ਦਾ ਧਰਾੜ ਬੰਦਾ ਸਰਪੰਚ ਬਣੂਗਾ ਮਾਤਰਾ ਦੀ ਸੋਣ ਨਹੀਂ ਨੀ ਕਹਿੰਦੇ ਸਹੀ ਆ ਗੱਲ ਇਹ ਜਮਾ ਨਹੀਂ ਸੁਣਦੇ ਫਿਰੇ ਨਾ ਸੁਣਨ ਕੋਈ ਸੁਣਦੇ ਨਹੀਂ ਜੇ ਜਾਵਾਂਗੇ ਤਾਂ ਮੂੰਹ ਇਧਰ ਦੇ ਪਾਸੇ ਅੱਛਾ ਹਾਂ ਤੇ ਜੇ ਬਹੁਤ ਸਮਝ ਨਹੀਂ ਆ ਖੜੇਗਾ ਕੰਮ ਕਰੂਗਾ ਸਰਪੰਚ ਇਹ ਹੋਣਾ ਵੀ ਆ ਜਾ ਭਾਈ ਕੰਮ ਸਾਰਾ ਦੇ ਕਰੂਗਾ بس ਇਹ ਨਹੀਂ ਗਲੀ। ਅੱਛਾ ਕੰਮ ਕਿਹੜਾ ਕਹਿੰਦੇ ਉਹ ਪਿੰਡ ਦੇ ਵਿੱਚ ਕਿਹੜਾ ਨਹੀਂ ਹੋਇਆ ਜਾਂ ਹੋਣਾ ਚਾਹੀਦਾ ਸੀ। ਇਵਾਕਾ ਸਾਹਿਬ ਕੋਈ ਨਹੀਂ ਖੇਡਣ ਵਾਲਾ ਕੰਮ। ਉਹ ਚਾਹੀਦੇ ਨਾ। ਹੂੰ। ਬਾਕੀ ਹੋਰ ਜਿਹੜੀਆਂ ਗਲੀਆਂ ਪੱਕੀਆਂ ਕੱਚੀਆਂ ਬੜਾ ਹਾਲਾ ਬਸਆਂ ਗੀਆਂ ਸੜਕਾਂ ਸੁੱਕਣ ਜਾਂ ਦੇਖ ਲੈ ਚਾਰਸਪੇ ਜਾ ਕੇ। ਇਹ ਜਿਹੇ ਕੰਮ ਹੋਣ ਜਾਂਦੇ। ਹੂੰ। ਬੱਸ। ਹੂੰ। ਭਾਈ ਕਿਵੇਂ ਦੇਖ ਦਿਉ ਜਿਵੇਂ ਸਰਬਸੰਮਤੀ ਦਾ ਟ੍ਰੈਂਡ ਚੱਲ ਪਿਆ ਪਹਿਲਾਂ ਕੀ ਹੁੰਦਾ ਸੀ ਬੰਦਾ ਖੜਾ ਕਰ ਦਿੰਦੇ ਤੇ ਸਾਰਾ ਪਿੰਡ ਤਾੜੀਆਂ ਮਾਰਦਾ ਸੀ। ਹੁਣ ਟ੍ਰੈਂਡ ਨਵਾਂ ਚੱਲ ਪਿਆ ਕਹਿੰਦੇ ਬੋਲੀ ਲਾਓ। ਕਿਵੇਂ ਦੇਖ ਦਿਉ? ਆਪਦਾ ਆਪ ਜੀ ਸਰਬਸੰਮਤੀ ਦੇ ਹਾਲਾ। ਇਹ ਬੋਲੀ ਵਾਲੀ ਗਲਤੀ ਲਾਉਣੀ। ਹੂੰ। ਲੱਗਦਾ ਨਹੀਂ ਪਿੰਡ ਜੇ ਇੱਕ ਤਰ੍ਹਾਂ ਤੋਫਾੜ ਪੈਂਦਾ ਤਨਾੜ ਬੰਦਾ ਉਹਦਾ ਕਹਿੰਦਾ ਵੀ ਆ ਯਾਰ ਲਾ ਮੇਰੇ ਬਰੋਬਰ ਬੋਲੀ ਤੇ ਮਾੜਾ ਬੰਦਾ ਕੀ ਕਰੂ ਉੱਥੇ ਬਈ ਮੈਂ ਆਪ ਇਹੀ ਗੱਲ ਕਹਿਣਾ ਵੀ ਮਾੜੇ ਬੰਦੇ ਜੇ ਤਾਂ ਕੋਈ ਹੁਣ ਨਹੀਂ ਸੁਣਦਾ ਇਹਨੇ ਦੱਸਿਆ ਬਜ਼ੁਰਗ ਨੇ ਤੁਹਾਨੂੰ ਹੂੰ ਹੂੰ ਤੇ ਫੇਰ ਕਿਹਨੇ ਸੁਣਨੀ ਹੈ ਸੁਣਦੇ ਤਾਂ ਹੁਣ ਨਹੀਂ ਸਾਡੇ ਅਰਗੇੜੀ ਤੁਸੀਂ ਮੇਰੇ ਤੇ ਲਾ ਲੋ ਮੇਰੇ ਅਰਗੇੜਾ ਰੋਜ਼ ਭਲਾ ਸਾਈਕਲ ਤੇ ਹੁੰਦਾ ਸੀ ਹੁਣ ਸਕੂਟਰੀ ਜੀ ਤੇ ਇਹ ਚੇਡਾਂ ਕਰਦੇ ਆ ਹੂੰ ਹੁਣ ਤੁਹਾਨੂੰ ਕੀ ਹੀਰ ਸੁਣਾਈਏ ਜੀ ਹੂੰ ਹਾਂ ਅਜਿੰਦੇ ਖੱਟੀ ਸੀਰ ਦਾ ਕੀ ਸਲੋਣਾ ਹੈ ਹੂੰ ਹੂੰ ਤੇ ਬਸ ਆਪਣਾ ਹੀ ਅਰੇ ਵੀ ਸਰਬਸੰਮਤੀ ਹੋ ਜੇ ਕੋਈ ਚੰਗਾ ਭਲਾ ਮਾਨਸ ਬੰਦਾ ਬਣ ਜੇ ਪਿੰਡ 'ਚ ਸੁਧਾਰ ਆ ਜੇ ਭਾਈ ਰੌਣਕ ਪਿੰਡਾਂ 'ਚ ਨਜ਼ਰ ਨਹੀਂ ਆ ਰਹੀ ਥੋੜਾ ਸਾਰਾ ਪਿੰਡ ਘੁੰਮ ਕੇ ਵੇਖਿਆ ਚਾਰ ਬੰਦੇ ਇਕੱਠੇ ਨਹੀਂ ਨਜ਼ਰ ਆ ਰਹੇ ਕੱਲ ਦਾ ਬੜਾ ਇਕੱਠ ਲੱਗ ਰਿਹਾ ਸੀਗਾ ਕੱਲ ਕਹਿੰਦੇ ਕਿ ਇੱਕ ਪਾਸੇ ਹੋ ਗਿਆ ਕੰਮ ਕਹਿੰਦੇ ਸਰਬਸੰਮਤੀ ਹੋ ਗਈ ਪੈਸੇ ਲਾਰੇ ਸੀਗੇ ਨਹੀਂ ਨਹੀਂ ਜਿਵੇਂ ਬਾਕੀ ਪੰਜਾਬ 'ਚ ਵੀ ਬਹੁਤ ਖਬਰਾਂ ਆ ਰਹੀਆਂ ਸਾਡੇ ਵੀ ਐਵੇਂ ਆ ਕੋਈ ਕੋਈ ਗੰਭੀਰ ਨਹੀਂ ਕੋਈ ਇਸ ਪ੍ਰਤੀ ਮਰਤ ਲਈ ਨਾ ਗੱਲਾਂ ਪ੍ਰਤੀ ਕੀ ਲੱਗਦਾ ਹੈ ਕੀ ਲੱਗਦਾ ਹੈ ਟ੍ਰੈਂਡ ਠੀਕ ਹੈ ਇਹ ਹੋਣਾ ਚਾਹੀਦਾ ਹੈ ਪਿੰਡ ਦਾ ਵਿਕਾਸ ਹੋ ਕਈ ਬੰਦੇ ਕਹਿੰਦੇ ਕਿ ਅਰ ਪਿੰਡ ਦਾ ਵਿਕਾਸ ਹੋਊਗਾ ਪਿੰਡ ਤੇ ਪੈਸੇ ਦਾ 50 60 ਲੱਖ ਲੋਨ ਨੂੰ ਤਿਆਰ ਹੋਗੇ ਸੀ ਬੰਦਾ ਉਹ ਨਹੀਂ ਸਰਬਸੰਮਤੀ ਦਾ ਲੋਕਤੰਤਰ ਚ ਕੋਈ ਸੰਕਲਪ ਵਾਲੀ ਗੱਲ ਨਹੀਂ ਗਈ ਹੁਣ ਫਿਰ ਕੱਲ ਨੂੰ ਮੁੱਖ ਮੰਤਰੀ ਕਹਿੰਦੇ ਕੋ ਸਰਬਸੰਮਤੀ ਨਾਲ ਚੁਣਦੇ ਆ ਵੈਸੇ ਲੋਕ ਜਾਗਰੂਕ ਹੋਣੇ ਚਾਹੀਦੇ ਆਪਦੇ ਹੱਕ ਪ੍ਰਤੀ ਆਪਦੇ ਵੋਟ ਪ੍ਰਤੀ ਪਿੰਡ ਬੰਦਰ ਦਾ ਤਾਂ ਬਹੁਤ ਹੀ ਇਹ ਹੈ ਵੀ ਅਸੀਂ ਇੱਕ ਦੂਜੇ ਨੂੰ ਜਾਣਦੇ ਹੁੰਨੇ ਆ ਸਾਨੂੰ ਕੈਂਡੀਡੇਟਾਂ ਬਾਰੇ ਵੀ ਸਾਰਾ ਪਤਾ ਚਲੋ ਜੀ ਦਾ ਜਿਹਨੂੰ ਚੰਗਾ ਲੱਗਦਾ ਜਾਗਰੂ ਕੋ ਕੇ ਉਹਨੂੰ ਪਾ ਵੀ ਸਕਦਾ ਵੋਟ ਵੋਟਾਂ ਪੈਣੀਆਂ ਵੀ ਕੋਈ ਮਾੜੀ ਗੱਲ ਨਹੀਂ ਮਤਲਬ ਠੀਕ ਹੈ ਪਰ ਕਿਹੜੇ ਤਰੀਕੇ ਨਾਲ ਪੈਂਦੀਆਂ ਕਿਹੜੇ ਤਰੀਕੇ ਨਾਲ ਕੋਈ ਕੈਂਡੀਡੇਟ ਗੱਲ ਦੱਸਦਾਗਾ ਕੋਈ ਮਾੜੀ ਗੱਲ ਨਹੀਂ ਵੋਟਾਂ ਪੈਣਾ ਵੀ ਮਾੜੀ ਗੱਲ ਨਹੀਂ ਕੀ ਪਰ ਹੁਣ ਉਹ ਲੋਕਾਂ ਨੇ ਦੇਖਣਾ ਵੀ ਕਿਸ ਤਰ੍ਹਾਂ ਦੇ ਪਿੰਡ ਕਿਵੇਂ ਆ ਸਰਬ ਸੰਜੀਦਾ ਇੱਕ ਪਿੰਡ ਚ ਵੇਖਿਆ ਮੈਂ ਕਹਿੰਦੇ 2 ਕਰੋੜ ਲਾਤਾ ਕਹਿੰਦੇ ਵੀ 2 ਕਰੋੜ ਲਾਓ ਸਵਾਲ ਵੀ ਖੜੇ ਹੋਏ ਉਸ ਸੀਕ ਤੇ ਨਹੀਂ ਤੁਹਾਨੂੰ ਇਹ ਕਿਵੇਂ ਲੱਗਦਾ ਵੀ ਉਹਦਾ ਮਤਲਬ ਹੀ ਕੀ ਰਹਿ ਗਿਆ ਫਿਰ ਲੋਕਤੰਤਰ ਦਾ ਕੀ ਮਤਲਬ ਆ ਮਤਲਬ ਹਾਂ ਹਾਂ ਹੂੰ ਕੋਈ ਤੁਸੀਂ ਫਿਰ ਤੁਹਾਡੀ ਵਿਚਾਰਾਂ ਦੀ ਲੜਾਈ ਹੋਣੀ ਕਿ ਤੁਹਾਨੂੰ ਪੈਸਿਆਂ ਨਾਲੋਂ ਵੀ ਵੱਧ ਕਿਸੇ ਨਾਲੋਂ ਵੀ ਸਾਡੇ ਕੋਲੇ ਪੱਕੀ ਛੜਕਾ ਹੂੰ ਜੇ ਸਾਡੇ ਕੋਲੇ ਕੋਈ ਜ਼ਿੰਦਗੀ ਦਾ ਵਿਚਾਰ ਨਹੀਂ ਅਸੀਂ ਕਿ ਚੱਕੀ ਛੜਕ ਨੂੰ ਕੀ ਕਰਾਂਗੇ ਜੇ ਸਾਡੇ ਅੰਦਰ ਕੁਝ ਵਧੀਆ ਨਹੀਂ ਸਾਡੇ ਕੋਲੇ ਸਾਨੂੰ ਪੈਸਿਆਂ ਨਾਲੋਂ ਵੱਧ ਹੋਰ ਕਿਸੇ ਨਾਲੋਂ ਵੱਧ ਅਜ ਵਿਚਾਰ ਦੀ ਲੋੜ ਆ ਸਾਨੂੰ ਹੂੰ ਤੇ ਹਾ ਜਿੰਨੇ ਲੋਕ ਜਾਗਰੂਕ ਹੋਣਗੇ ਉਵੇਂ-ਉਵੇਂ ਇਹ ਜਿਹੀਆਂ ਗੱਲਾਂ ਇਹ ਹੁੰਦੀਆਂ ਵੀ ਰਹਿੰਦੀਆਂ ਹੌਲੀ-ਹੌਲੀ ਲੋਕਾਂ ਚ ਜਾਗਰੂਕਤਾ ਆਊਗੀ ਤਾਂ ਸਾਰਾ ਕੁਝ ਬਾਈ ਕਿਵੇਂ ਦੇਖਦੇ ਹੋ ਕੱਲ ਵਾਲੇ ਟ੍ਰੈਂਡ ਨੂੰ ਕਿਵੇਂ ਦੇਖਦੇ ਹੋ ਕੱਲ ਤੁਹਾਡੇ ਪਿੰਡ ਦੇ ਵਿੱਚ ਵੀ ਵੀਡੀਓ ਸਾਹਮਣੇ ਆਈ ਹੈ 50 ਲੱਖ ਲਾਤਾ 60 ਲੱਖ ਲਾਤਾ 70 ਲੱਖ ਫਿਰ ਵੀ ਗੱਲ ਨਹੀਂ ਬਣੀ ਸਾਰਿਆਂ ਤੋਂ ਪਹਿਲਾਂ ਅਸੀਂ ਜਿਹੜਾ ਨਿਊ ਚੈਨਲ ਪੰਜਾਬ 18 ਉਹ ਵਸੇ ਇੱਥੇ ਜਿਹੜੇ ਸਾਰੇ ਸਾਥੀ ਬੈਠੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆ ਕੇ ਇਸ ਪਿੰਡ ਦੇ ਵਿੱਚ ਲੋਕਾਂ ਦੀਆਂ ਵਿਚਾਰਾਂ ਸੁਣ ਰਹੇ ਹੋ ਤੇ ਇੱਥੋਂ ਦੇ ਜਿਹੜੇ ਮਸਲੇ ਐ ਪਿੰਡ ਦੇ ਉਹ ਤੁਸੀਂ ਸੁਣ ਰਹੇ ਹੋ ਚੈਨਰ ਦੇ ਉੱਤੇ ਪੰਜਾਬ ਦੇ ਅੰਦਰ ਮਸਲੇ ਇੰਨੇ ਪਿੰਡ ਦੇ ਵਿੱਚ ਮਸਲੇ ਇੰਨੇ ਆ ਕਿ ਜਿਹੜੇ ਅਜੇ ਤੱਕ 65 ਸਾਲ ਹੋ ਗਏ 60 65 ਸਾਲ ਹੋ ਗਏ ਸਰਕਾਰਾਂ ਅਜੇ ਤੱਕ ਪਿੰਡਾਂ ਨਾਲ ਮਸਲੇ ਹੱਲ ਨਹੀਂ ਕਰ ਸਕੀਆਂ ਸਾਰਾ ਤਾਂ ਮਸਲਾ ਸਾਰਾ ਜਿਹੜਾ ਵੱਡਾ ਇੱਥੇ ਸਾਡਾ ਹੈਗਾ ਇੱਥੇ 10 ਕਿਲੇ ਇੱਥੇ ਇੱਕ ਪੰਚਾਇਤੀ ਜ਼ਮੀਨ ਪਈ ਹੈ ਉਹਦੇ ਵਿੱਚ ਦਾਣਾ ਮੰਡੀ ਬਣ ਸਕਦੀ ਸੀ ਹਾਂ ਉਹਦੇ ਅੰਦਰ ਸਟੇਡੀਅਮ ਵੀ ਬਣ ਸਕਦਾ ਹਾਂ ਉਹਦੇ ਅੰਦਰ ਡਿਸਪੈਂਸਰੀ ਵੀ ਬਣ ਸਕਦੀ ਆ ਪਰ ਜਿੰਨੀਆਂ ਹੁਣ ਵੀ ਪਿਛਲੇ ਵਾਰੀ ਪੰਚਾਇਤਾਂ ਆਉਂਦੀਆਂ ਨੇ ਜਿੰਨਾ ਹੀ ਮੈਂਬਰ ਲੋਕ ਜਿਹੜੇ ਇੱਥੇ ਬੈਠ ਕੇ ਵਿਚਾਰਾ ਕਰਦੇ ਨਾ ਵੀ ਇੱਥੇ ਯਾਰ ਸਟੇਡੀਅਮ ਬਣਨਾ ਚਾਹੀਦਾ ਆਹ ਗਲੀ ਇੱਥੇ ਪੱਕੀ ਹੋਣੀ ਚਾਹੀਦੀ ਆ ਬੁਨਿਆਦੀ ਸਹੂਲਤਾਂ ਪਿੰਡ ਦੇ ਵਿੱਚ ਐ ਤੁਹਾਡੀ ਗੱਲ ਵਿਚਾਲੇ ਰੋਕ ਰਿਆ ਸੜਕਾਂ ਗਲੀਆਂ ਨਾਲੀਆਂ ਪੀਣ ਵਾਲਾ ਪਾਣੀ ਸਿਸਟਮ ਨੇ ਹੁਣ ਸਾਰਿਆਂ ਤੋਂ ਵੱਡੀ ਗੱਲ ਆ ਪੀਣ ਵਾਲੇ ਪਾਣੀ ਦੀ ਕੈਂਕੀਆਂ ਬਣ ਗਈਆਂ ਜਿਹੜੇ ਇੱਥੇ ਠੇਕਾ ਹੋਇਆ ਸੀ ਪਹਿਲਾਂ ਤਲਾਬ ਬਣਾਉਣ ਦਾ ਉਹ ਵੀ ਓਡੇ ਦੇ ਓਡੇ ਰਹਿ ਗਈ ਹੂੰ ਛੋਟੇ ਰਹਿ ਕੇ ਵੱਡੇ ਬਣਾਉਣੇ ਸੀ ਉਹ ਬਣੇ ਨਹੀਂ ਹੂੰ ਇੱਥੋਂ ਲੈ ਕੇ ਆ ਜਿਹੜੀਆਂ ਹੁਣ ਟਾਣੀਆਂ ਆ ਉਹਨਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਅਜੇ ਤੱਕ ਕੀ ਕਰੂਗਾ ਪੰਚਾਇਤ ਬਣਾ ਕੇ ਅਗਲਾ ਜਦੋਂ ਉਹਨਾਂ ਟਾਣੀਆਂ ਤੱਕ ਤਾਂ ਪਾਣੀ ਨਹੀਂ ਪਹੁੰਚਿਆ ਅਜੇ ਤੱਕ ਰਹੁੰਦੇ ਆ ਕੱਲ ਆ ਕੇ ਇੱਥੇ ਬੰਦੇ ਸਾਰੇ ਰਹੁੰਦੇ ਢਾਣੀਆਂ ਵਾਲੇ ਵੀ ਸਾਨੂੰ ਪਾਣੀ ਨਹੀਂ ਪਹੁੰਚ ਰਿਹਾ ਦੂਸਰੀ ਗੱਲ ਹੋਰ ਆ ਜਿਹੜੀ ਇਥੇ ਡਿਸਪੈਂਸਰੀ ਹੋਣੀ ਚਾਹੀਦੀ ਹੈ। ਹੂੰ। ਦੂਜੀ ਬਣਾਈ ਆ ਇੱਥੇ ਡਿਸਪੈਂਸਰੀ ਆਵੇ ਤਾਂ ਲੋਕ ਇੱਥੇ ਦਵਾਈ ਲੈ ਕੇ ਜਾਣ। ਹਾਂ। ਬਿਲਕੁਲ ਬਿਹਤਰੀ ਹੁਕੂਮਤਾਂ ਦੀ ਗੱਲ ਕਰਦੇ ਨੇ ਕਹਿੰਦੇ ਆ ਕਿ ਉਹ ਸਹੂਲਤਾ ਪਿੰਡ ਦੇ ਵਿੱਚ ਨਹੀਂ ਜਿੰਨੀਆਂ ਸਹੂਲਤਾਂ ਨੂੰ ਲੈ ਕੇ ਸਰਪੰਚ ਚੁਣਿਆ ਜਾਣਾ ਸੀ ਬਾਈ ਕਿਵੇਂ ਦੇਖਦੇ ਹਾਂ ਕਿ ਉਹ ਜਾਂ ਸਰਪੰਚ ਹੋਵੇ ਜਿਹੜਾ ਪਿੰਡ ਦੀ ਨੁਹਾਰ ਬਦਲੇ ਘਟੋ ਘਟ। ਜਿਹੜਾ ਪਿੰਡ ਦੇ ਚੰਗੇ ਕੰਮ ਕਰੇ। ਹੂੰ। ਜੇ ਦੇ ਸਰਪੰਚ ਲਈ ਲਿਆਵੇ ਕੋਈ ਮੰਨੀ ਮੁੰਨੀ ਦਾ ਪ੍ਰਬੰਧ ਕਰੇ ਸਕੋ ਉਹ ਦੇ ਬੱਚਿਆਂ ਦਾ ਪ੍ਰਬੰਧ ਕਰੇ ਉਹ ਹੀ ਜਾਂ ਸਰਪੰਚਾਂ ਵੀ ਜੰਗੇ ਜੰਗੇ ਕੰਮ ਕਰੀ ਰਿਹਾ ਜੀ ਕੱਲ ਜਿਹੜਾ ਹੋਈ ਆ ਬਾਰ ਬਾਰ ਉਹੀ ਸਵਾਲ ਮੈਂ ਕਰ ਰਿਹਾ ਬੋਲੀ ਵਾਲਾ ਟ੍ਰੈਂਡ ਇਹਨੂੰ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਹੈ ਪਿੰਡ ਦਾ ਫਾਇਦਾ ਹੈ ਕਿ ਕਿ ਲੋਕਤੰਤਰ ਹੈ ਨਹੀਂ ਹੋਣਾ ਚਾਹੀਦਾ ਨਹੀਂ ਉਹ ਗਲਤ ਹੈ ਜੀ ਉਹ ਤਾਂ 50 ਲੱਖ ਲਾਤਾ ਕਿਸੇ 60 ਲਾਤਾ ਗੁਰਦੁਆਰੇ ਹੋਗੇ 200 ਬੰਦਾ ਹੋਊਗਾ 3000 ਵੋਟਾਂ 200 ਬੰਦਾ ਕੀ ਕਰਨੂਗਾ ਉੱਥੇ ਸਾਰਿਆਂ ਦੀ ਰਾਏ ਹੋਵੇ ਤਾਂ ਹੀ ਹੋਵੇ ਹਨਾ ਤੇ ਉਹਦਾ ਮੁੱਲ ਲੈਣਾ ਚਾਹੁੰਦਾ ਹੈ ਵੀ ਨਾ ਅੱਜ ਬਣਿਆ 60 ਰੁਪਏ ਮੁੱਲ ਲੈਣਾ ਜੋ ਮਰਜ਼ੀ ਕਰਾ ਜੋ ਮਰ ਕੋਈ ਤੁਸੀਂ ਕਿਵੇਂ ਦੇਖਦੇ ਹੋ ਇਸ ਟ੍ਰੈਂਡ ਨੂੰ ਜਿਹੜਾ ਪੰਜਾਬ ਦੇ ਵਿੱਚ ਨਵਾਂ ਚੱਲ ਪਿਆ ਵੀਡੀਓ ਵੀ ਬਕਾਇਦਾ ਸੋਸ਼ਲ ਮੀਡੀਆ ਤੇ ਆ ਜਾਂਦੇ ਜਿਵੇਂ ਤੁਹਾਡੇ ਪਿੰਡ ਦੀ ਆਈ ਹੈ ਨਹੀਂ ਇਹ ਨਹੀਂ ਹੋਣਾ ਚਾਹੀਦਾ ਪੈਸੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਜੇ ਮਰ ਲਓ ਚੋਣਾਂ ਤੁਸੀਂ ਸਰਬਸੰਮਤੀ ਨਾਲ ਚੋਣਾਂ ਵੀ ਬਿਨ ਪੈਸੇ ਨਾਲ ਹੀ ਚੋਣਾਂ ਚਾਹੀਦਾ ਹੂੰ ਕਈ ਲੋਕ ਕਹਿੰਦੇ ਕਿ ਯਾਰ ਪਿੰਡ ਦਾ ਫਾਇਦਾ ਹੈ ਪਿੰਡ ਤੇ ਲੱਗ ਜਾਣਗੀ ਉਹ ਸੈਂਕਲ ਨੂੰ ਕਿਵੇਂ ਦੇਖੀਏ ਆਪਾਂ ਨਹੀਂ ਉਹ ਕੋਈ ਫਾਇਦਾ ਨਹੀਂ ਉਹ ਆਪ ਜੇ ਤੁਸੀਂ ਬੈਨਫੀਸ਼ਿਆਂ ਤੋਂ ਚੁੰਦੇ ਆ ਤਾਂ ਤੁਹਾਨੂੰ ਗਰੰਟੀ ਮਿਲ ਜਾਣਗੇ ਚੰਗੇ ਆ ਪੈਸਾ ਪਿੰਡ 'ਚ ਸਰਕਾਰ ਹੀ ਦੇ ਦੂਗੀ ਤੇ ਪਿੰਡ ਦੇ ਲੋਕ ਨੇ ਪਿੰਡ ਦੇ ਲੋਕਾਂ ਦੀ رائے ਜਾਣ ਰਹੇ ਸੀ ਕਿ ਆਖਰਕਾਰ ਕਿਵੇਂ ਦੇਖਦੇ ਨੇ ਕੱਲ ਗਿਹੜਾ ਐਪੀਸੋਡ ਹੋਇਆ ਕੱਲ ਜਿਹੜੀ ਬੋਲੀ ਲਾਈ ਗਈ ਹੈ ਬਜ਼ੁਰਗੋ ਕਿ ਉਹ ਜਾਂ ਬੰਦਾ ਹੋਵੇ ਕਿਹੜਾ ਪਿੰਡ ਦੀ ਨਹਾਰ ਬਦਲੇ ਪਿੰਡ ਦਾ ਸਰਪੰਚ ਕਿਵੇਂ ਹੋਵੇ ਵੱਧ ਗਿਆ ਪੰਨੇ ਖਾਂ ਬੰਦਾ ਹੋਵੇ ਜਿਹੜਾ ਕੋਈ ਪਿੰਡ ਦਾ ਮਾਹੌਲ ਠੀਕ ਕਰੇ ਮਰ ਫੇਹੀ ਕੋ ਪਹਿਲੇ ਵਾਲੇ ਸਰਪੰਚ ਦੇ ਕੰਮ ਕਾਜ ਕੀਤੇ ਗਈ ਤਾਂ ਨਰਾਜ਼ੀ ਲੱਗ ਜਾਂਦੀ ਉਹਨਾਂ ਕੰਮ ਤਾਂ ਸਾਰੇ ਠੀਕ ਕਰਦੇ ਆ ਕੰਮ ਤਾਂ ਕਿਸੇ ਨੇ ਗਲਤ ਨਹੀਂ ਕੀਤਾ ਹੂੰ ਜੇ ਤੁਹਾਨੂੰ ਸਰਪੰਚ ਬਣਾ ਦਈਏ ਕੀ ਵੱਖਰਾ ਕੰਮ ਕਰੋਗੇ ਉਹ ਆਪਾਂ ਦਾ ਕਿਹੜੇ ਬਣਨੇ ਬਾਬਾ ਬੜੇ ਕਿਹੜੇ ਖੁਸ਼ ਹੋ ਗਏ ਸਰਪੰਚ ਦੇ ਨਾਂ ਤੇ ਨਾ ਨਾ ਸੁਣੀ ਬੰਦ ਕੀ ਗੱਲ ਕੁਝ ਤਾਂ ਹੋ ਗਿਆ ਸਰਪੰਚ ਦੇ ਨਾਂ ਤੇ ਸਰਪੰਚ ਹੈ ਨਾ ਹਾਂ ਹਾਂ ਇਹ ਕਦ ਕਿਦਾਂ ਵਾਜਦਾ ਕਿਦੋਂ ਕਹਿੰਦੇ ਫੁਲਾਨਾ ਸਰਪੰਚ ਯਾਰ ਹੈ ਕਦ ਕਿਦਾਂ ਵਾਜਦਾ ਹੈ ਕਦ ਵੀ ਵਧ ਨਹੀਂ ਆਇਆ ਹਾਂ ਜੀ ਸਾਹਿਬ ਹੂੰ ਬਜ਼ੁਰਗੋ ਕਿਵੇਂ ਦੇਖਦੇ ਹੋ ਸਰਪੰਚ ਪਿੰਡ ਦਾ ਕਿਹੋ ਜਿਹਾ ਹੋਵੇ ਕਿ ਪਿੰਡ 'ਚ ਕੰਮਕਾਜ ਹੋ ਜਾਣ ਪਿੰਡ 'ਚ ਚੰਗਾ ਹੀ ਹੋਵੇ ਜੀ ਜਿਹੜਾ ਕੋਈ ਕੰਮਕਾਰ ਕਰੇ ਹਾਂ ਗੱਲ ਤਾਂ ਮਾੜਾ ਹੀ ਆ ਹੂੰ ਬਿਲਕੁਲ ਪਿੰਡ ਦੇ ਵਿੱਚ ਆ ਪਿੰਡ ਦੇ ਲੋਕ ਨੇ ਰਾਏ ਜਾਣ ਰਹੇ ਇਹਨਾਂ ਤੋਂ ਕਿ ਆਖਰਕਾਰ ਕਿਵੇਂ ਸੁਖਦੇ ਨੇ ਬਜ਼ੁਰਗੋ ਕੀ ਹਾਲ ਚਾਲ ਆ ਕਿੱਥੋਂ ਆਏ ਹੋ ਬੜਾ ਮੁੜਕੇ ਮੁੜਕੇ ਹੋ ਗਏ ਹੂੰ ਅੱਛਾ ਤਾਂ ਆਣੇ ਆ ਜੀ ਉਹਦੇ ਪਿੰਡ ਦਾ ਕੰਮ ਹੋਵੇ ਹਾਂ ਤੇ ਗਰੀਬ ਦੀ ਸਹਾਇਤਾ ਹੋਵੇ ਹੂੰ ਅੱਛਾ ਕੱਲ ਕਿਹੜਾ ਪਿੰਡ ਚ ਹੋਇਆ ਬੋਲੀ ਲਾਈ ਗਈ ਹੈਗੀ ਉਹ ਕਿਵੇਂ ਦੇਖਦੇ ਹੋ ਉਹਨੂੰ ਨਹੀਂ ਆ ਠੀਕ ਹੋਈ ਉਹ ਨਹੀਂ ਪੜੀ ਨਹੀਂ ਇਹੋ ਤਾਂ ਵੀ ਮੁੱਲ ਨੂੰ ਮੁੱਲ ਖਰੀਦ ਰਹੇ ਆ ਜੀ ਸਾਰੇ ਪਿੰਡ ਨੂੰ ਹੂੰ ਬਿਲਕੁਲ ਹੈ ਪਿੰਡ ਦੇ ਲੋਕ ਨੇ ਪਿੰਡ ਦੇ ਲੋਕ ਕਹਿੰਦੇ ਆ ਕਿ ਨਹੀਂ ਹੋਣਾ ਚਾਹੀਦਾ ਇਹ ਟ੍ਰੈਂਡ ਗਲਤ ਹੈ ਬੋਲੀ ਚਾਹੇ ਹਜ਼ਾਰ ਦੀ ਹੋਵੇ ਲੱਖਾਂ ਦੀ ਹੋਵੇ ਕਰੋੜਾਂ ਦੀ ਹੋਵੇ ਜ਼ਿਆਦਾਤਰ ਪਿੰਡ ਦੇ ਲੋਕ ਕਹਿੰਦੇ ਆ ਕਿ ਸਿਰਫ 100 150 ਬੰਦੇ ਦਾ ਇਕੱਠ ਕਰਕੇ ਸਾਰੇ ਪਿੰਡ ਨੂੰ ਖਰੀਦਿਆ ਨਹੀਂ ਜਾ ਸਕਦਾ ਤਾਂ ਕਰਕੇ ਕੱਲ ਜਿਹੜੀ ਬੋਲੀ ਲਾਈ ਹੈ ਉਹ ਮੰਦ ਪਾ ਗਈ ਹੈ ਨਹੀਂ ਹੋਣੀ ਚਾਹੀਦੀ ਔਰ ਪੜ੍ਹੇ ਲਿਖੇ ਨੌਜਵਾਨੇ ਜਿਹੜਾ ਉਹ ਪਿੰਡ ਦੀ ਵਾਂਗ ਡੋਰ ਸੰਭਾਲੇ ਤੇ ਪਿੰਡ ਦਾ ਵਿਕਾਸ ਹੋਵੇ ਬਠਿੰਡਾ ਤੋਂ ਸੂਰਜਪਾਣ న్యూਸ 18 ਪੰਜਾਬ